ਕਈ ਐਮਐਲਏ ਨੇ ਇਕੱਠੇ ਕਰਕੇ ਜਿਹੜੇ ਗੁੰਡੇ ਨੇ ਉਹ ਇਧਰ ਮਮਤਾ ਆਸ਼ੂ ਜੀ ਵੱਲ ਕੱਲੇ ਲੇਡੀ ਦੇ ਉੱਤੇ ਹਮਲਾ ਕਰਨ ਤੁਰ ਪਏ ਨੇ ਤੇ ਮੇਰ ਸਾਹਿਬ ਭੱਜੇ ਕੌਂਸਲਰ ਭੱਜੇ ਮੈਂ ਆਪਣੇ ਘਰੋਂ ਜਲਦੀ ਆਇਆ ਦਸਹਰੇ ਦਾ ਦਿਨ ਸੀਗਾ ਆਸ਼ੂ ਜੀ ਨੂੰ ਇਹਨਾਂ ਦੇ ਹਸਬੈਂਡ ਨੂੰ ਤੁਸੀਂ ਜੇਲ੍ਹਾਂ ਚ 3 ਮਹੀਨੇ ਤੁਰਨ ਕੇ ਤੇ ਤੁਸੀਂ ਇਹਨਾਂ ਨੂੰ ਦਬਾ ਲੋਗੇ ਇਹ ਤੁਸੀਂ ਗਲਤ ਫਹਿਮੀ ਚ ਤੁਸੀਂ ਘਰਾਂ ਤੇ ਨਿਜੀ ਹਮਲੇ ਕਰਨ ਲੱਗ ਗਏ ਜਾਤੀ ਹਮਲੇ ਘਰਾਂ ਤੇ ਅਟੈਕ ਕਰਨ ਲੱਗ ਗਏ 700 ਕਰੋੜ ਰੁਪਇਆ ਐਡਵਰਟਾਈਜ਼ਮੈਂਟ ਜੋ ਪੈਸਾ মিডিਆ ਚ ਐ ਨੈਸ਼ਨਲ ਚੈਨਲ ਉਮ ਦਿੱਤਾ ਹੈ ਮੈਨੂੰ ਪਿੱਛੋਂ ਕਰਨਾਟਕ ਦੇ ਹੋਰ ਬੰਦੇ ਮਿਲੇ ਸੇਟਾਂ ਦੇ ਉਹ ਕਹਿੰਦੇ ਜੀ ਬੜੀ ਸਰਗੇ ਕਦੇ ਕਿਸੇ ਸਰਕਾਰ ਦੀ ਆਈ ਨਹੀਂ ਇਹ ਐਨੀ ਐਡਵਰਟਾਈਜ਼ਮੈਂਟ ਨੈਸ਼ਨਲ ਚੈਨਲ ਤੇ ਸਾਡੇ ਸਵੀਟਾਂ 'ਚ ਕਰਨ ਦਾ ਕੀ ਮਤਲਬ ਤੁਹਾਨੂੰ ਵੀ ਧਮਕੀ ਆਈ ਹੈ ਤੁਹਾਡੀ ਵੀ ਸੁਰੱਖਿਆ ਵਧਾ ਦਿੱਤੀ ਗਈ ਧਮਕੀ ਕੁੱਤੇ ਬਿੱਲੇ ਭੌਂਕਦੇ ਰਹਿੰਦੇ ਆ ਮੈਨੂੰ ਉਹਦਾ ਕੀ ਫਰਕ ਪੈਂਦਾ ਇਹ ਛੱਡੋ ਸਿਕਿਉਰਿਟੀ ਸਿਕਿਉਰਟੀ ਨਾ ਵਧਾਈ ਨਾ ਘਟਾਈ ਇਹ ਚੱਲਦਾ ਰਹੇ ਪਹਿਲਾਂ ਵੀ ਤੁਹਾਨੂੰ ਬਹੁਤ ਧਮਕੀਆਂ ਆਉਂਦੀਆਂ ਸੀਗੀਆਂ ਤਾਂ ਕੀ ਲੱਗਦਾ ਕਿ ਇਹ ਧਮਕੀਆਂ ਦੇ ਪਿੱਛੇ ਹੈਕ ਹੋ ਆਪਾਂ ਧਮਕੀਆਂ ਧਮਕੀਆਂ ਨੂੰ ਕੀ ਸਮਝਦੇ ਐ ਹਜੇ ਤੁਹਾਨੂੰ ਮੈਂ ਦੱਸਿਆ ਇੱਕ ਆਪਣਾ ਕੰਮ ਜਿਹੜਾ ਕਰਦੇ ਰਹਿਣਾ ਐ ਹਜੇ ਕੁੱਤੇ ਬਿੱਲੇ ਭੌਂਕਦੇ ਹੀ ਰਹਿੰਦੇ ਐ ਜਿਹਨਾਂ ਨੇ 6 ਮਹੀਨੇ ਵੀ ਕੰਮ ਨਹੀਂ ਬਹੁਤ ਤੁਸੀਂ ਆਪ ਇਹ ਦੇਖਿਓ ਬਹੁਤ ਲੋਕਾਂ ਦੇ ਵੀ ਮਰੇ ਹੋਿਆਂ ਦੇ ਨੌਪਾਤੇ ਜੀ ਚ ਬਾਅਦ ਚ ਅਸੀਂ ਬੰਦੇ ਫਿੱਟ ਕਰ ਲਾਂਗੇ ਗੈਂਗਸਟਰ ਭੱਜ ਰਹੇ ਆ ਦਿਨਾਂ ਚ ਨਸ਼ਾ ਵਿਕਰੇ ਆ ਪਰ ਲੁਧਿਆਣੇ ਚ ਜਿਹੜਾ ਆ ਸਾਡਾ ਭਾਈ ਚਰਕ ਸਾਂਝ ਸੀ ਕੀ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਫਿਰ ਮਜੀਠੀਆ ਵੀ ਕਈ ਵਾਰ ਤੁਹਾਡੇ ਤੇ ਤੰਗ ਕਰ ਜਾਂਦੇ ਨੇ ਉਹ ਵੀ ਕਹਿੰਦੇ ਨੇ ਕਿ ਤੁਹਾਡੀ ਬੀਜੇਪੀ ਚ ਗੱਲ ਚੱਲਦੀ ਆ ਤੁਸੀਂ ਵੀ ਉਧਰ ਨਹੀਂ ਚਲੇ ਜਾਣਾ ਚਲੋ ਉਹ ਵੀ ਜੇਲ੍ਹ ਚ ਵਾਏ ਆ ਮਾਨਸਿਕ ਸਥਿਤੀ ਤੁਹਾਨੂੰ ਪਤਾ ਕਾਫੀ ਭੋਜ ਥੱਲੇ ਸਟ्रेस ਥੱਲੇ ਕੀ ਉਹਨਾਂ ਬਾਰੇ ਗੱਲ ਕਰਨੀ ਆ ਕਈ ਵਾਰ ਬਾਦਖਾਟ ਚ ਹੋ ਜਾਂਦੀ ਹੈ ਲਗਾਤਾਰ ਤੁਸੀਂ ਕੁਝ ਦਿਨਾਂ ਤੋਂ ਦੇਖ ਰਹੇ ਹੋਵੋਗੇ ਕਿ ਪੰਜਾਬ ਦਾ ਕੋਈ ਮਾਹੌਲ ਬਹੁਤਾ ਵਧੀਆ ਨਹੀਂ ਹੈਗਾ ਲਾਅ ਐਂਡ ਆਰਡਰ ਦੀ ਸਥਿਤੀ ਵੀ ਜਿਹੜੀ ਆ ਉਹ ਵਿਗੜਦੀ ਨਜ਼ਰ ਆ ਰਹੀ ਹੈ ਪਰ ਉਸ ਤੋਂ ਬਾਅਦ ਜੇਕਰ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਸਾਬਕਾ ਮੰਤਰੀ ਭਾਦਪੂਸ਼ਨ ਆਸ਼ੂ ਨੂੰ ਵਿਜੀਲੈਂਸ ਦੇ ਕੇਸ ਤੇ ਵਿੱਚ ਗ੍ਰਿਫਤਾਰ ਕੀਤਾ ਹੋਇਆ ਤੇ ਉਹ ਇਸ ਟਾਈਮ ਜੇਲ੍ਹ ਦੇ ਵਿੱਚ ਨੇ ਤੇ ਕੱਲ ਇੱਕ ਹਾਊਸ ਦੀ ਮੀਟਿੰਗ ਹੁੰਦੀ ਹੈ ਤੇ ਉਸ ਤੋਂ ਬਾਅਦ ਅੱਜ ਕੁਝ ਸਫਾਈ ਸੇਵਕ ਭਾਰਤ ਕੁਸ਼ਨਾ ਆਸ਼ੂ ਦੀ ਕੋਠੀ ਤੇ ਬਾਹਰ ਆ ਜਾਂਦੇ ਨੇ ਅਤੇ ਇੱਥੇ ਨਾਰੇਬਾਜ਼ੀ ਵੀ ਕਰ ਦਿੰਦੇ ਨੇ ਤੇ ਮੌਕੇ ਤੇ ਰਵਨੀਤ ਸਿੰਘ ਬਿੱਟੂ ਵੀ ਪਹੁੰਚਦੇ ਨੇ ਗੱਲਬਾਤ ਕਰਦੇ ਆਂ ਬਿੱਟੂ ਜੀ ਕੀ ਘਟਨਾ ਵਾਪਰੀ ਸੀ ਅੱਜ ਪਹਿਲਾਂ ਆਸ਼ੂ ਜੀ ਇੱਕ ਤਾਂ ਜੇਲ੍ਹ 'ਚ ਨੇ ਉੱਤੋਂ ਉਹਨਾਂ ਦੀ ਕੋਠੀ ਦਾ ਵੀ ਅੱਜ ਘਰਾ ਕਰਨ ਆਗੇ ਜੀਆ ਤਾਂ ਬੇਨਤੀ ਤੁਹਾਨੂੰ ਕਰਦੇ ਆਂ ਕੋਈ ਸਫਾਈ ਕਰਮਚਾਰੀ ਨਹੀਂ ਉਰੇ ਆਇਆ ਉਰੇ ਸਿਰਫ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਇੱਕ ਗੁੰਮਰਾਹ ਕਰਕੇ ਲੋਕ ਕੁਛ ਚੰਦ ਭੇਜੇ ਸੀ ਤੁਸੀਂ ਸਾਰਿਆਂ ਨੇ ਕੱਲ ਦਾ ਹਰ ਚੈਨਲ ਤੇ ਮਮਤਾ ਆਸ਼ੂ ਜੀ ਦੀ ਗੱਲ ਸੁਣੀ ਆ ਤੇ ਇਹਨਾਂ ਦੇ ਐਮਐਲਏਾਂ ਦੀ ਗੱਲ ਸੁਣੀ ਆ ਆ ਬੈਠੇ ਆ ਮਮਤਾ ਆਸ਼ੂ ਜੀ ਆ ਘਰ ਦੇਖ ਲੋ ਕੱਲਾ ਕੱਲੇ 'ਚ ਤੁਸੀਂ ਪਹਿਲਾਂ ਐਡਾ ਧੱਕਾ ਅਸੀਂ ਕੋਈ ਪਰ ਇਸ ਕੱਲ ਤੋਂ ਦਬਦੇ ਨਹੀਂਗੇ ਪਰ ਮੇਰਾ ਫਰਜ਼ ਆ ਇਹ ਦੱਸਣਾ ਲੋਕਾਂ ਨੂੰ ਇਹਨਾਂ ਦੀ ਸੱਚਾਈ ਵੀ ਇਹ ਕੱਲੀ ਲੇਡੀ ਮਹਿਲਾ ਇੱਕ ਸਾਡੀ ਭੈਣ ਇਸ ਘਰ ਚ ਕੱਲੀ ਰਹਿੰਦੀ ਆ ਤੇ ਜਿੰਨੇ ਸਭ ਤੋਂ ਪਹਿਲਾਂ ਆਸ਼ੂ ਜੀ ਤੇ ਇਹੀ ਲੁਧਿਆਣੇ ਦੀ ਆਮ ਆਦਮੀ ਪਾਰਟੀ ਨੇ ਵੀ ਇਹ ਬੱਬਰ ਸ਼ੇਰਾ ਕਾਂਗਰਸ ਪਾਰਟੀ ਦਾ ਜੀ ਇਹਨੂੰ ਅੰਦਰ ਕਰੋ ਫਿਰ ਅਸੀਂ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਜਿਹੜੀਆਂ ਸੌਖੀਆਂ ਜਿੱਤ ਜਾਂਗੇ ਉਹ ਕਹਿ ਕੇ ਦਬਈ ਚ ਫੈਕਟਰੀਆਂ ਜੀ ਲਿਆਓ ਦਬਈ ਚ ਕਿੱਥੇ ਨੇ ਇਹਨਾਂ ਦੇ ਹੋਟਲ ਕਹਿ ਕੇ ਜੀ ਇਹਨਾਂ ਦੀਆਂ ਟਾਇਲਾਂ ਦੀਆਂ ਫੈਕਟਰੀਆਂ 2000 ਕਰੋੜ ਰੁਪਈਆ ਕਿੱਥੇ ਆ ਜੀ ਉਹ ਚਲੋ ਹੁਣ ਕੀ ਹੋਇਆ ਇਨਾਂ ਦੀ ਸਰਕਾਰ ਤੋਂ ਪਹਿਲਾਂ ਦੀ ਗੱਲ ਮੈਂ ਤੁਹਾਨੂੰ ਦੱਸ ਦਾਂ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਸਾਡੀ ਸਰਕਾਰ ਸੀ ਇੱਥੋਂ 3500 ਲੋਕਾਂ ਦਾ ਮਤਾ ਪੈ ਕੇ ਮਤਾ ਪੈ ਕੇ ਜਿਹਦੇ ਵਿੱਚ ਆ ਮਮਤਾ ਸ਼ੂਜੀ ਬੈਠੇ ਆ ਉਸ ਵੇਲੇ ਮੰਤਰੀ ਸੀ ਭਾਰਤ ਭੂਸ਼ਨਾ ਸ਼ੂਜੀ ਇਹਨਾਂ ਨੇ ਕਮੇਟੀ ਬਣਾਈ ਮੇਰ ਸਾਹਿਬ ਨੇ ਆ ਸਨੀ ਭੱਲਾ ਨਾਲ ਹੀ ਬੈਠਿਆ ਜਿਹੜੇ ਕਾਉਂਸਲਰਸ ਦੂਜੇ ਸਾਡੇ ਸਭ ਤੋਂ ਸੀਨੀਅਰ ਜੈ ਪ੍ਰਕਾਸ਼ ਜੀ ਸਾਡੇ ਉਹ ਮੈਂਬਰ ਸੀ ਆ ਤੁਹਾਨੂੰ ਮੈਂ ਦਿਖਾ ਦਿੰਦਾ ਜਿਹੜੀ ਮਤੇ ਦੀ ਕਾਪੀ ਅਸੀਂ ਉਸ ਵੇਲੇ ਇਹ 9 11 2020 ਚੰਨੀ ਸਰਕਾਰ ਜੀ ਦੀ ਉਸ ਵੇਲੇ ਜਦੋਂ ਸਰਕਾਰ ਸੀ ਆ ਸਾਰੇ ਮੁਲਾਜ਼ਮ ਉਸ ਵੇਲੇ ਉਰੇੋਂ ਪਹਿਲਾਂ ਮਤਾ ਗਿਆ ਫੇਰ ਆ ਤੁਸੀਂ ਆ ਜਰੂਰ ਇਹਨੂੰ ਜ਼ੂਮ ਕਰਕੇ ਦਿਖਾਓ ਇਹ ਮਤਾ ਕਾਂਗਰਸ ਦੀ ਸਰਕਾਰ ਚ ਲੈਂਦਾ ਮੈਂ ਤੁਹਾਨੂੰ ਸਾਰੀ ਦੱਸਦਾ ਵੀ ਇਹ ਕਾਂਗਰਸ ਦੀ ਸਰਕਾਰ ਤੋਂ ਪਹਿਲਾਂ ਇਹ ਪੂਰੇ ਕਾਰਪੋਰੇਸ਼ਨ ਚ ਜੀ ਕਮੇਟੀ ਬਣੀ ਉਹਨਾਂ ਨੇ ਪਾਸ ਕੀਤਾ ਫੇਰ ਮਿਨਿਸਟਰੀ ਕੋਲ ਗਿਆ ਮਿਨਿਸਟਰੀ ਤੋਂ ਆਸ਼ੂ ਜੀ ਨੇ ਕੈਬਨਟ ਲਿਆ ਕੇ ਚੰਨੀ ਦੀ ਸਰਕਾਰ ਬਣੇ ਸਾਰੇ 3500 ਦੇ 3500 ਬੰਦੇ ਪੱਕੇ ਹੋ ਗਏ ਠੀਕ ਹੈ ਉਦੋਂ ਬਾਅਦ ਫੇਰ ਦੁਬਾਰਾ ਉਰੇ ਮੁੜ ਕੇ ਆਉਣਾ ਸੀ ਉਦੋਂ ਸਹੀਂ ਕੋਡ ਲੱਗ ਗਿਆ ਹੁਣ ਕੀ ਹੋਇਆ ਜਦੋਂ ਇਲੈਕਸ਼ਨ ਇਹਨਾਂ ਚ ਜਿੱਤ ਗਏ ਇਹ ਲਗਾਤਾਰ ਪਿਛਲੇ 6 ਮਹੀਨੇ ਚ ਉਹ ਛੇੜਾ ਫੇਰੀ ਹੂੰ ਕਿਉਂਕਿ ਇਹਨਾਂ ਨੇ ਤਾਂ ਉਹ ਬੰਦੇ ਕੀਤੇ ਜਿਹੜੇ 15 ਸਾਲ 20 ਸਾਲ 10 ਸਾਲ ਤੋਂ ਇਸ ਸ਼ਹਿਰ ਨੂੰ ਸੋਹਣਾ ਬਣਾਉਣ ਲਈ ਗਲੀ ਮਹੱਲਿਆਂ 'ਚ ਸਫਾਈ ਕਰਮਚਾਰੀ ਬੇਲਦਾਰ ਜਿਹੜੇ ਲੱਗੇ ਹੋਏ ਨੇ ਉਹਨਾਂ ਦੇ ਨਾਂ ਸੀ ਇਹਨਾਂ ਨੇ 6 ਮਹੀਨੇ 'ਚ ਦੇਖਿਆ ਵੀ ਅਸੀਂ ਆਪਣੇ ਨਾਂ ਕਿਵੇਂ ਪਾ ਸਕਦੇ ਹਾਂ ਉਹਦੇ ਵਿੱਚ ਜਿਨ੍ਹਾਂ ਨੇ ਕੰਮ ਹੀ ਨਹੀਂ ਕੀਤਾ ਉਹ ਅਸੀਂ ਕਿਵੇਂ ਪਾਉਣ ਦੇਣ ਦੇ ਮਮਤਾ ਜੀ ਬਈ ਵੀ ਜਿਨ੍ਹਾਂ ਨੇ 6 ਮਹੀਨੇ ਵੀ ਕੰਮ ਨਹੀਂ ਕੀਤਾ ਤੇ ਉਹਨਾਂ ਦੇ ਨਾਂ ਬੋ ਤੁਸੀਂ ਆਪ ਦੇਖਿਓ ਬਹੁਤ ਲੋਕਾਂ ਦੇ ਵੀ ਮਰੇ ਹੋਇਆਂ ਦੇ ਨੋ ਪਾਤੇ ਜੀਚ ਬਾਅਦ ਚ ਅਸੀਂ ਬੰਦੇ ਫਿੱਟ ਕਰ ਲਾਂਗੇ ਉਹ ਗੱਲ ਦਾ ਗੱਲ ਮਮਤਾ ਆਸ਼ੂਜ ਨੇ ਕੀਤੀ ਹਾਊਸ ਦੇ ਵਿੱਚ 3500 ਬੰਦਿਆਂ ਦਾ ਤਾਂ ਮਤਾ ਪਾਸ ਹੋ ਗਿਆ ਉਹ ਤਾਂ ਦੁਬਾਰਾ ਕੱਲ ਮੇਅਰ ਸਾਹਿਬ ਕਾਂਗਰਸ ਪਾਰਟੀ ਦੀ ਉਹ ਉਰੇ ਕਮੇਟੀ ਆ ਮੇਅਰ ਕਾਂਗਰਸ ਪਾਰਟੀ ਦੇ ਆ ਤੇ ਸਾਰੇ ਜਿਹੜੇ ਕਾਉਂਸਲਰ ਨੇ ਉਹ ਕਾਂਗਰਸ ਪਾਰਟੀ ਦੇ ਆ ਇਸ ਬਾਕੀ ਵੀ ਸਭ ਪਾਰਟੀਆਂ ਦੇ ਜਿੰਨੇ ਵੀ ਅਕਾਲੀ ਦਲ ਦੇ ਜਿੰਨੇ ਵੀ ਭਾਜਪੀ ਦੇ ਜਿੰਨੇ ਵੀ ਬੈਂਸ ਗਰੁੱਪ ਦੇ ਇੰਡੀਪੈਂਡੈਂਟ ਸਭ ਨੇ ਇਕੱਠੇ ਹੋ ਕੇ ਇਸ ਦੀ ਸਪੋਰਟ ਕੀਤੀ ਤੇ ਅਸੀਂ ਇਹ ਗੱਲ ਕਹੀ ਸੀ ਜਦੋਂ ਸਾਡਾ ਵਾਲਮੀਕੀ ਸਮਾਜ ਜਿਹੜਾ ਸਾਡੀ ਰੀੜ ਦੀ ਹੱਡੀ ਆ ਅਸੀਂ ਕੁਝ ਦਿਨ ਪਹਿਲਾਂ ਏ ਬਲੌਕ ਦਫ਼ਤਰ ਮੇਰ ਸਾਹਮਣਾ ਬੈਠੇ ਸੀ ਤੇ ਸਾਰੇ ਇਹਨਾਂ ਦੀ ਲੀਡਰਸ਼ਿਪ ਆਈ ਹੋਈ ਸੀ ਹਰ ਹਰ ਪਾਰਟੀ ਦੀ ਚਾਹੇ ਉਹ ਚ ਕੋਈ ਵੀ ਨੌ ਲੈ ਲਓ ਲੁਧਿਆਣੇ ਦਾ ਉੱਥੇ ਇਹ ਗੱਲ ਕੀਤੀ ਸੀ ਵੀ ਜੇ 4 ਤਰੀਕ ਨੂੰ ਪਾਈ ਇਹ ਮਤਾ ਪਾਸ ਨਹੀਂ ਹੋਏਗਾ ਤੁਸੀਂ ਸਾਰੇ ਲੀਡਰ ਤੇ ਮੈਂ ਤੁਹਾਡੇ ਨਾਲ ਇੱਥੇ ਮੇਰ ਸਾਹਿਬ ਦੇ ਧਰਨਾ ਦਊਗਾ ਇਹ ਹਰ ਤਰੀਕੇ ਨਾਲ ਪਾਸ ਹੋਊਗਾ ਉਹ ਪਾਸ ਇਹ ਸਿਰਫ ਇਹ ਬਾਰ ਬਾਰ ਇਹ ਕਹਿ ਰਹੇ ਸੀ ਵੀ ਮੈਂ ਉਹ ਨਾ ਨਹੀਂ ਪੜੇ ਉਹ ਕਹਿੰਦੇ ਸੀ ਨਹੀਂ ਜੀ ਅਪਸਰਾਂ ਤੇ ਛੱਡੋ ਇਹ ਅਪਸਰਾਂ ਨੇ ਤਿੰਨਾਂ ਨੇ ਆਈਐਸ ਨੇ ਜਾਂ ਜਿਨੇ ਵੀ ਦੇਖਿਆ ਅਪਸਰ ਕੀ ਦੇ ਹੁੰਦੇ ਅਪਸਰ ਤਾਂ ਸਰਕਾਰ ਦੇ ਹੁੰਦੇ ਆ ਤੇ ਤੁਸੀਂ ਉਹਨਾਂ ਨੇ ਤੁਹਾਡੇ ਮੂਰੇ ਕੀ ਬੋਲਣਾ ਤੇ ਗੱਲ ਇਹ ਹੋਈ ਉਹ ਮਤਾ ਪਾਸ ਹੋਇਆ ਤੇ ਅੱਜ ਉਹਨਾਂ ਨੂੰ ਗਮਰਾਹ ਕਰਕੇ ਕਿਸੇ ਨੇ ਦੇਖਿਆ ਨਹੀਂ ਵੀ ਨਹੀਂ ਜੀ ਉਹਨਾਂ ਨੇ ਤਾਂ ਮਤਾ ਰੋਕਤਾ ਜਦੋਂ ਉਹ ਬੰਦੇ ਇੱਥੇ ਕੁਝ ਵੀ ਅੱਗ ਜਣੀ ਕਰ ਸਕਦੇ ਸੀ ਇਸ ਘਰ ਤੇ ਇੱਟਾਂ ਪੱਥਰ ਮਾਰ ਸਕਦੇ ਸੀ ਸਾਨੂੰ ਤਾਂ ਇੱਕਦਮ ਪਤਾ ਲੱਗਿਆ ਸ਼ਹਿਰ ਚ ਵੀ ਕਿਤੋਂ ਕਈ ਐਮਐਲਆ ਨੇ ਇਕੱਠੇ ਕਰਕੇ ਜਿਹੜੇ ਗੁੰਡੇ ਨੇ ਉਹ ਇਧਰ ਮਮਤਾ ਆਸ਼ੂਜੀ ਵੱਲ ਕੱਲੇ ਲੇਡੀ ਦੇ ਉੱਤੇ ਹਮਲਾ ਕਰਨ ਤੁਰ ਪਏ ਨੇ ਤੇ ਮੇਅਰ ਸਾਹਿਬ ਭੱਜੇ ਕੌਂਸਲਰ ਭੱਜੇ ਮੈਂ ਆਪਣੇ ਘਰੋਂ ਜਲਦੀ ਆਇਆ ਦਸਹਿਰੇ ਦਾ ਦਿਨ ਸੀ ਅੱਜ ਤੇ ਦੇਖਿਆ ਤੇ ਜਦੋਂ ਮੇਅਰ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਮਮਤਾ ਜੀ ਨੇ ਪੁੱਛਿਆ ਵੀ ਦੱਸੋ ਉਹ ਕਹਿੰਦੇ ਜੀ ਸਾਨੂੰ ਤਾਂ ਇਹ ਗੱਲ ਕਹੀ ਹੈ ਇਹ ਕਹਿੰਦੇ ਭਾਈ ਪਹਿਲਾਂ ਤੁਸੀਂ ਇੱਕ ਰਿਕਾਰਡਿੰਗ ਸੁਣੋ ਮੈਂ ਕਹਿ ਕੀ ਰਹੀ ਆ ਤੇ ਜਦੋਂ ਉਹਨਾਂ ਨੇ ਉਹ ਗੱਲ ਸੁਣੀ ਤੇ ਉਹ ਜਿਹੜੇ ਮੁਰਦਾਬਾਦ ਦਾ ਜਾਂ ਇੱਕ ਕੋਠੀਆਂ ਨੂੰ ਭੰਨਣ ਤੋੜਨ ਉਹ ਵਾਪਸ ਖੁਸ਼ੀ ਨਾਲ ਮੁੜ ਕੇ ਗਏ ਵੀ ਗੱਲ ਬਿਲਕੁਲ ਠੀਕ ਆ ਜਿੰਦਾਬਾਦ ਦੀ ਗੱਲ ਕਰਕੇ ਗਏ ਇਸ ਕਰਕੇ ਮੈਂ ਇਹ ਕਹਿ ਰਿਹਾ ਵੀ ਇਹ ਇੱਕ ਸਮਾਜ ਨੂੰ ਜਿਹੜਾ ਸਾਡਾ ਅਟੁੱਟ ਅੰਗ ਉਸ ਅੰਗ ਨੂੰ ਇਹਨਾਂ ਨੇ ਜ਼ਹਿਰ ਭਰਨ ਦੀ ਕੋਸ਼ਿਸ਼ ਕੀਤੀ ਆਮ ਪਾਰਟੀ ਨੇ ਉਹਨਾਂ ਤੋਂ ਆਪਸ ਵਿੱਚ ਵੀ ਇੱਕ ਕਲੈਸ਼ ਹੋ ਜੇ ਉਹਨਾਂ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਜਿਹੜੀ ਕਿ ناکਾਮ ਹੋਈ ਮੈਂ ਬਹੁਤ ਧੰਨਵਾਦੀ ਹਾਂ ਸਾਰੇ ਵਾਲਮੀਕੀ ਖਾਸ ਤੌਰ ਤੇ ਸਮਾਜ ਦਾ ਤੇ ਸਾਰੇ ਜਿਹੜਾ ਕਰਮਚਾਰੀ ਯੂਨੀਅਨਾਂ ਨਾਲ ਜਿਹੜੀਆਂ ਉਹਨਾਂ ਦਾ ਧੰਨਵਾਦੀ ਹਾਂ ਵੀ ਜਿਨ੍ਹਾਂ ਨੇ ਇਹ ਇਸ ਗੱਲ 'ਚੋਂ ਆਪ ਵਿੱਚ ਆ ਕੇ ਇਸ ਗੱਲ 'ਚੋਂ ਬਾਹਰ ਨਿਕਲੇ ਪਰ ਮੈਂ ਦੂਜੀ ਗੱਲ ਕਰਨਾ ਚਾਹੁੰਦਾ ਅੱਜ ਨਵਰਾਤਰੀ ਵੀ ਚੱਲ ਰਿਹਾ ਹੈ ਤਿਉਹਾਰ ਦੁਸਹਿਰੇ ਦਾ ਦੇਣਾ ਆਪਾਂ ਆਪਣੀ ਮਾਂ ਭੈਣ ਨੂੰ ਆਪਣੀ ਬੱਚੀਆਂ ਨੂੰ ਕੀ ਦਰਜਾ ਦਿੰਨੇ ਆ ਕੰਜਕਾਂ ਆਪਾਂ ਕਰਦੇ ਆ ਇਸ ਸ਼ਹਿਰ ਚ ਪਹਿਲੀ ਵਾਰ ਹੋਇਆ ਕਦੇ ਨਹੀਂ ਹੋਇਆ ਸੀ ਇਸ ਸ਼ਹਿਰ ਨੂੰ ਕਿਸ ਤਰੀਕੇ ਨਾਲ ਦੇਖੋ ਗੈਂਗਸਟਰ ਭੱਜ ਰਹੇ ਆ ਜੇਲ੍ਹਾਂ ਚੋਂ ਨਸ਼ਾ ਵਿਕਰੇ ਆ ਪਰ ਲੁਧਿਆਣੇ ਚ ਜਿਹੜਾ ਆ ਸਾਡਾ ਭਾਈਚਾਰਕ ਸਾਨ ਸੀ ਕੀ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਅੱਜ ਇੱਕ ਜਿਹਨੂੰ ਅਸੀਂ ਦੇਵੀ ਦਾ ਦਰਜਾ ਮਾਂ ਦਾ ਦਰਜਾ ਦਿੰਨੇ ਆ ਉਸ ਕੱਲੀ ਇਹ ਇਹ ਕਮਜ਼ੋਰ ਇੱਕ ਕਮਜ਼ੋਰ ਲੇਡੀ ਨੇ ਜੇ ਤੁਸੀਂ ਸੋਚੋ ਕਿਤੇ ਵੀ ਆਸ਼ੂ ਜੀ ਨੂੰ ਇਹਨਾਂ ਦੇ ਹਸਬੈਂਡ ਨੂੰ ਤੁਸੀਂ ਜੇਲਾਂ ਚ ਤਿੰਨ ਮਹੀਨੇ ਤੁਰਨ ਕੇ ਤੇ ਤੁਸੀਂ ਇਹਨਾਂ ਨੂੰ ਦਬਾ ਲੋਗੇ ਇਹ ਤੁਸੀਂ ਗਲਤ ਫਹਿਮੀ ਚ ਇਹ ਹੋਰ ਤੁਹਾਨੂੰ ਬਾਉਂਸ ਬੈਕ ਕਰਨਗੇ ਤੇ ਅਸੀਂ ਆਉਣ ਵਾਲੇ ਦਿਨਾਂ ਜੋ ਰੋਸ ਆਜ ਸਾਡੀਆਂ ਮਹਿਲਾ ਮਾ ਚ ਮਾ ਮਾਂ ਚ ਪੈਣਾ ਚ ਲੁਧਿਆਣੇ ਦਾ ਟੈਲੀਫੋਨ ਤੇ ਟੈਲੀਫੋਨ ਆ ਰਿਹਾ ਪਰ ਅਸੀਂ ਆ ਤਿਉਹਾਰ ਦੇ ਦਿਨਾਂ ਅਸੀਂ ਕਿ ਹਜੇ ਨਹੀਂ ਇਹ ਜੀ ਕੋਈ ਗੱਲ ਕਰਨੀ ਨਹੀਂ ਬਹੁਤ ਵੱਡੀ ਗਿਣਤੀ ਚ ਹਜ਼ਾਰਾਂ ਇਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਇਹਨਾਂ ਦੇ ਐਮਐਲਏਆਂ ਦੇ ਖਿਲਾਫ ਬਹੁਤ ਰੋਸ ਇੱਕ ਪੈਦਾ ਹੋ ਗਿਆ ਵੀ ਇਹ ਤੁਸੀਂ ਇੱਕ ਕੱਲੀ ਔਰਤ ਨੂੰ ਘਰ ਚ ਜਾ ਕੇ ਤੁਸੀਂ ਇਹ ਕੰਮ ਕਰਵਾ ਰਹੇ ਹੋ ਤੇ ਉਹਨਾਂ ਦੇ ਉਲਟ ਸਾਰੇ ਇਕੱਠੇ ਹੋ ਕੇ ਐਮਐਲਏ ਮਾਈਕ ਤੁਹਾਡੇ ਹੱਥ 'ਚ ਨਹੀਂ ਚਾਰ-ਚਾਰ ਮਾਈਕ ਫੜੇ ਹੋਏ ਆ ਤੇ ਤੁਸੀਂ ਉਹਨਾਂ ਦੇ ਉੱਤੀਵਾਦ 'ਚ ਬੋਲ ਰਹੇ ਹੋ ਇਹ ਕਦੇ ਸੱਭਿਆ ਆਪਣੇ ਸਮਾਜ 'ਚ ਐਸੀ ਗੱਲ ਕਦੇ ਦੇਖੀ ਨਹੀਂ ਗਈ ਸੀ ਜਿਹੜੀ ਕਿ ਹੁਣ ਦੇਖੀ ਗਈ ਆ ਇਸ ਕਰਕੇ ਮੈਂ ਅਪੀਲ ਕਰਦਾ ਤੁਹਾਡੇ ਚੈਨਲ ਰਾਹੀਂ ਜਿੰਨੀ ਵੀ ਸਿਆਸਤ ਭਗਵੰਤ ਮਾਨ ਸਾਹਿਬ ਤੁਹਾਡੇ ਐਮਐਲਏ ਨੇ ਤੁਹਾਡੀ ਪਾਰਟੀ ਨੇ ਕਰਨ ਮੈਂਬਰ ਪਾਰਲੀਮੈਂਟ ਕਰਨ ਜਿੰਨੇ ਮਹਮਲੇ ਕਰਨੇ ਆ ਮੇਰੇ ਤੇ ਪੋਲਿਟੀਕਲ ਕਰਨ ਭਾਰਤ ਪੁਸ਼ਨਾਸ਼ੂ ਜੀ ਨੇ ਉਹ ਵਰਕਿੰਗ ਪ੍ਰਧਾਨ ਨੇ ਕਰਨ ਹਮਲੇ ਜਿੰਨੇ ਉਹਨਾਂ ਤੇ ਕਰਨੇ ਆ ਕਰਨ ਮੇਅਰ ਸਾਹਿਬ ਤੇ ਕਰਨ ਕੌਂਸਲਰਾਂ ਤੇ ਕਰਨ ਜਿਹੜੇ ਸਾਡੇ ਐਮਐਲਏ ਮੰਤਰੀ ਰਹੇ ਕਰਨ ਪਰ ਤੁਸੀਂ ਘਰਾਂ ਤੇ ਨਿੱਜੀ ਹਮਲੇ ਕਰਨ ਲੱਗ ਗਏ ਜਾਤੀ ਹਮਲੇ ਘਰਾਂ ਤੇ ਅਟੈਕ ਕਰਨ ਲੱਗ ਗਏ ਠੀਕਾ ਹਾਊਸ ਦੇ ਵਿੱਚ ਤੁਸੀਂ ਨਹੀਂ ਬੋਲਣ ਦਿੱਤਾ ਉਹਨਾਂ ਦੀ ਗੱਲ ਨੂੰ ਦੱਬਿਆ ਪਰ ਤੁਸੀਂ ਹੁਣ ਘਰੇ ਵੀ ਭੇਜਣ ਲੱਗੇ ਬੰਦੇ ਵੀ ਤੁਸੀਂ ਇਸ ਤਰੀਕੇ ਨਾਲ ਡੈਮੋਕਰੇਸੀ ਦੀ ਆਵਾਜ਼ ਦਮ ਦੱਬੋਗੇ ਇਹ ਆਮ ਆਦਮੀ ਦੀ ਸਰਕਾਰ ਜਿੱਦਿਹਾ ਸਾਡੇ ਪੰਜਾਬ ਦੇ ਲਾਅ ਐਂਡ ਆਰਡਰ ਦੀ ਗੱਲ ਵੀ ਕਰਦੇ ਆ ਤੁਸੀਂ ਖੁਦ ਕਿਹਾ ਕਿ ਗੈਂਗਸਟਰ ਭਜ ਰਹੇ ਨੇ ਕਦੀ ਕੋਈ ਪੁਲਿਸ ਵਾਲੇ ਦੀ ਰਾਈਫਲ ਲੈ ਕੇ ਭਜ ਰਿਹਾ ਕਦੀ ਕੋਈ ਪੁਲਿਸ ਵਾਲਾ ਗੈਂਗਸਟਰ ਨੂੰ ਗਰਲਫ੍ਰੈਂਡ ਦੇ ਨਾਲ ਮਿਲਾਨ ਲਈ ਲੈ ਕੇ ਜਾ ਰਿਹਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੇ ਲਾਅ ਐਂਡ ਆਰਡਰ ਭਈ ਜਦੋਂ ਧਿਆਨ ਹੀ ਇਸ ਕੰਮ 'ਚ ਧਿਆਨ ਹੀ ਇਸ ਤਰੀਕੇ ਨਾਲ ਵੀ ਆਸ਼ੂ ਜੀ ਨੂੰ ਕਿਵੇਂ ਫੜਨਾ ਮਮਤਾ ਜੀ ਨੂੰ ਤੰਗ ਕਿਵੇਂ ਕਰ ਸੰਦੀਪ ਸੰਧੂ ਨੂੰ ਕੀ ਕਰਨਾ ਕਿਸੇ ਐਮਐਲਏ ਨੂੰ ਕੀ ਕਰਨਾ ਸਾਰਾ ਦਾ ਸਾਰੀ ਐਡਮਿਨਿਸਟ੍ਰੇਸ਼ਨ ਤਾਂ ਉਸ ਪਾਸੇ ਲਾਈ ਹੋਈ ਆ ਸੀਐਮ ਦਾ ਪੈਰ ਨਹੀਂ ਲੱਗ ਰਿਹਾ ਉਹ ਇਹ ਕੰਮ ਕਰਕੇ ਜਦੀ ਬਿਆਨ ਦੇਣ ਗੁਜਰਾਤ ਭੱਜਦਾ ਏ ਜਦੀ ਬਿਆਨ ਦੇਣ ਹਿਮਾਚਲ ਪ੍ਰਦੇਸ਼ ਭੱਜਦਾ ਏ ਉੱਥੇ ਇਲੈਕਸ਼ਨਾਂ ਆ ਵੀ ਅਸੀਂ ਜੀ ਆ ਉੱਥੇ ਲੋਕਾਂ ਨੂੰ ਕੀ ਪਤਾ 7 700 ਕਰੋੜ ਰੁਪਇਆ ਐਡਵਰਟਾਈਜ਼ਮੈਂਟ ਚੋਂ ਪੈਸਾ মিডিਆ ਚ ਐਂਡ ਨੈਸ਼ਨਲ ਚੈਨਲਾਂ ਨੂੰ ਦਿੱਤਾ ਏ ਮੈਨੂੰ ਪਿੱਛੋਂ ਕਰਨਾਟਕ ਦੇ ਹੋਰ ਬੰਦੇ ਮਿਲੇ ਸਟੇਟਾਂ ਦੇ ਉਹ ਕਹਿੰਦੇ ਜੀ ਬੜੀ ਸਰਗੇ ਕਿਤੇ ਕਿਸੇ ਸਰਕਾਰ ਦੀ ਆਈ ਨਹੀਂ ਇਹ ਐਨੀ ਐਡਵਰਟਾਈਜ਼ਮੈਂਟ ਨੈਸ਼ਨਲ ਚੈਨਲ ਤੇ ਸਾਡੇ ਸਟੇਟਾਂ ਚ ਕਰਨ ਦਾ ਕੀ ਮਤਲਬ ਤੇ ਸਟੇਟਾਂ ਚ ਮਤਲਬ ਇਹ ਆ ਵੀ ਭਾਈ ਨੈਸ਼ਨਲ ਚੈਨਲ ਨੇ ਗੁਜਰਾਤ ਤੇ ਯੂਪੀ ਚ ਉਹਨਾਂ ਨੇ ਉਹਨਾਂ ਤੋਂ ਐਡਵਰਟਾਈਜ਼ਮੈਂਟ ਦੇ ਕੇ ਖਬਰਾਂ ਲਮਾਉਣੀਆਂ ਜਾ ਕੇ ਉੱਥੇ ਭਗਵੰਤ ਮਾਨ ਸਾਹਿਬ ਨੇ ਜਾਂ ਸਸੋਧਿਆ ਸਾਹਿਬ ਨੇ ਜਿਹੜਾ ਆਪ ਜਿਹੜਾ ਜਿਹੜਾ ਅਮਿਤ ਸ਼ਾਹ ਤੇ ਮੋਦੀ ਜੀ ਨੇ ਇਹਨਾਂ ਦਾ ਸਕੰਜਾ ਕੱਸਿਆ ਏ ਉਹ ਆਪਣੀ ਉਹ ਨਲਾਇਕੀ ਲੁਕਾਉਣ ਲਈ ਸਾਡੇ ਬੰਦਿਆਂ ਨੂੰ ਇੱਥੇ ਜਿਹੜੇ ਕੇਸ ਕਰਕੇ ਸਿਰਫ ਤੇ ਸਿਰਫ ਭਗਵੰਤ ਮਾਨ ਦਾ ਹੈਲੀਕਾਪਟਰ ਭਗਵੰਤ ਮਾਨ ਦੀਆਂ ਗੱਡੀਆਂ ਲੈਂਡ ਕਰੂਜ਼ਰ ਆ ਪੰਜਾਬ ਦੇ ਸਿਕਿਉਰਿਟੀ ਦੇ 6 6 6 6 ਫੁੱਟ ਦੇ ਮੁੰਡੇ ਜਿਹੜੇ ਕਮਾਂਡੋ ਨੇ ਉਹ ਵਰਤਨੇ ਆ ਲਿਆ ਕੇ ਉੱਥੇ ਵੀ ਤੁਹਾਨੂੰ ਵੀ ਧਮਕੀ ਆਈ ਹੈ ਤੁਹਾਡੀ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ ਵੀ ਧਮਕੀ ਕੁੱਤੇ ਬਿੱਲੇ ਭੌਂਕਦੇ ਰਹਿੰਦੇ ਆ ਮੈਨੂੰ ਇਹਦਾ ਕੀ ਫਰਕ ਪੈਂਦਾ ਇਹ ਸਿਕਿਉਰਿਟੀ ਸਿਕਿਉਰਟੀ ਨਾ ਵਧਾਈ ਨਾ ਘਟਾਈ ਇਹ ਚੱਲਦਾ ਰਹਿੰਦਾ ਪਹਿਲਾਂ ਵੀ ਤੁਹਾਨੂੰ ਬਹੁਤ ਧਮਕੀਆਂ ਆਉਂਦੀਆਂ ਸੀਗੀਆਂ ਤਾਂ ਕੀ ਲੱਗਦਾ ਕਿ ਇਹ ਧਮਕੀਆਂ ਦੇ ਪਿੱਛੇ ਹੈ ਕੌਣ ਆਪਾਂ ਧਮਕੀਆਂ ਧਮਕੀਆਂ ਨੂੰ ਕੀ ਸਮਝਦੇ ਐਜ ਤੁਹਾਨੂੰ ਮੈਂ ਦੱਸਿਆ ਇਹ ਆਪਣਾ ਕੰਮ ਜਿਹੜਾ ਕਰਦੇ ਰਹਿਣਾ ਇਹ ਹਜੇ ਕੁੱਤੇ ਬਿੱਲੇ ਭੌਂਗਦੇ ਹੀ ਰਹਿੰਦੇ ਇਹਨਾਂ ਨੂੰ ਮੈਂ ਕੀ ਸਮਝਣਾ ਆਪਰੇਸ਼ਨ ਲੋਟਸ ਕਹਿੰਦੇ ਪੰਜਾਬ ਦੇ ਵਿੱਚ ਚੱਲ ਰਿਹਾ ਭਰੋਸੇ ਕੀ ਮਤਾ ਜਿਹੜਾ ਲਿਆਣਾ ਪਿਆ ਵਿਧਾਨ ਸਭਾ ਦੇ ਵਿੱਚ ਆਪਰੇਸ਼ਨ ਲੋਟਸ ਨੂੰ ਕਿਸ ਤਰ੍ਹਾਂ ਦੇ ਯਾਰ ਜੇ ਮੇਰੀ ਇੱਕ ਗੱਲ ਸਮਝੋ ਗੱਲ ਇੰਨੀ ਆ ਜੇ ਭਗਵੰਤ ਮਾਨ ਸਾਹਿਬ ਦੀ ਸਰਕਾਰ 'ਚ ਦਮ ਸੀ ਅਸਲੀ ਜੇ ਜੇ ਕੰਫੀਡੈਂਸ ਮੋਸ਼ਨ ਲਿਆਉਣਾ ਅੱਬਲਾ ਤਾਂ ਕਿਸ ਨੇ ਮੰਗਿਆ ਨਹੀਂ ਸੀ ਕਿਉਂਕਿ ਇਹ ਨਾ ਤੋਂ ਇਹੀ ਸ਼ੱਕ ਰਹਿੰਦਾ ਵੀ ਕਿਉਂਕਿ ਸਾਰੇ ਤਾਂ ਕਾਂਗਰਸ ਚੋਂ ਗਏ ਹੋਏ ਆ ਉਹਨਾਂ ਨੂੰ ਲੱਗਦੇ ਹੀ ਨਹੀਂਗੇ ਆਪਣੇ ਅਕਾਲੀ ਦਲ ਚੋਂ ਗਏ ਹੋਏ ਆ ਜਦੋਂ ਉਹ 92 ਬੰਦੇ ਆ ਆਪਦੇ ਤਾਂ ਗਿਣਤੀ ਦੇ 5 4 ਨੇ ਬਾਕੀ ਤਾਂ ਸਾਰੇ ਹੀ ਬਗਾਨੇ ਨੇ ਉਹਨਾਂ ਨੂੰ ਅੱਜ ਤੱਕ ਕਦੇ ਇਹ ਲੱਗੇ ਹੀ ਨਹੀਂਗੇ ਵੀ ਸਾਡੇ ਆ ਉਹਨਾਂ ਨੂੰ ਉਹਨਾਂ ਤੋਂ ਸ਼ੱਕ ਰਹਿੰਦੀ ਆ ਪਰ ਜੇ ਜਾਨ ਸੀ ਮੈਂ ਇਹ ਗੱਲ ਕਹਿਣ ਲੱਗਿਆ ਜੇ ਜਾਨ ਸੀ ਤਾਂ ਵਾਇਸਵੋਟ ਨਾ ਕਰਾਉਂਦੇ ਵਾਇਸਵੋਟ ਦਾ ਕੀ ਕਰਾਉਣਾ ਸੀ ਸਪੀਕਰ ਨੇ ਤਾਂ ਸਪੀਕਰ ਸਾਹਿਬ ਸਤਿਕਾਰਯੋਗ ਨੇ ਉਹ ਤਾਂ ਵਾਦੀ ਗਣਗੇ ਐਡਾ ਸੱਤਾ ਦਾ ਨਸ਼ਾ ਹੁੰਦਾ ਏ ਉਹ ਬਾਹਰ ਚ 41 ਸਾਹਿਬ ਵਿਚਾਰਿਆਂ ਦਾ ਕੈਰੀਅਰ ਦੇਖੋ ਅਕਾਲੀ ਦਲ ਨੂੰ ਸਫਾਈਆਂ ਦੇਣੀਆਂ ਪੈ ਰੀਆਂ ਉਹਨਾਂ ਨੂੰ ਦੂਜੇ ਬੀਐਸਪੀ ਦੇ ਵੀ ਅਸੀਂ ਤਾਂ ਕਿਹਾ ਹੀ ਨਹੀਂ ਇੱਥੋਂ ਪਤਾ ਲੱਗਦਾ ਜੇ ਉਹ ਪਵਾਉਂਦੇ ਵੋਟ ਕਰਵਾਉਂਦੇ ਨੰਬਰ ਲਿਖ ਕੇ ਪਰਚੀ ਪਵਾਉਂਦੇ ਫੇਰ ਮੈਂ ਮੰਨਦਾ ਵੀ ਵੋਟਾਂ 92 ਜਾਂ 91 ਜਿੰਨੇ ਵੀ ਐਮਐਲਏ ਉਹਨਾਂ ਦੀਆਂ ਪੈਂਦੀਆਂ ਉਹ ਤਾਂ ਯੈਸ ਔਰ ਨੋ ਕਰਾ ਕੇ ਕੰਮ ਖਤਮ ਕਰਤਾ ਵੀ ਸਾਰੇ ਇੱਥੋਂ ਪਤਾ ਲੱਗਦਾ ਵੀ ਕਿੰਨਾ ਝੂਠ ਵੀ ਦੋ ਉਹਨਾਂ ਦੇ ਵੀ ਗਣਗੇ ਉਹ હાજર ਸੀ ਹਾਊਸ ਚ ਦੋ ਜੇ ਜਿੱਦਣ VOTING ਕਰਾਉਣਗੇ ਅਸਲੀ ਉਸ ਦਿਨ ਪਤਾ ਲੱਗੂਗਾ ਜਿੱਦਣ ਡਿਵੀਜ਼ਨ ਕਰਵਾਉਣਗੇ ਪਰਚੀ ਪਾਉਣਗੇ ਜਿਹੜੀ ਡਿਵੀਜ਼ਨ ਅਸਲੀ VOTING ਹੁੰਦੀ ਆ ਪਾਰਲੀਮੈਂਟ ਚ ਜਾਂ ਵਿਧਾਨ ਸਭਾ ਚ ਇਹ ਤਾਂ yes no voice vote ਆ voice vote ਤੇ ਸਪੀਕਰ ਕਹਿਨਦਾ ਹਾਂ ਜੇ ਪਾਸ ਹੋ ਗਿਆ ਜੀ ਐਨਿਆਂ ਨੇ ਵੋਟ ਕੀਤੀ ਜੇ ਅੱਧੇ 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 ਤੋਂ ਘੱਟ ਵੋਟਾਂ ਨਾ ਰਹਿ ਜਾਂਦੀਆਂ ਜਿੱਦਣ ਵੀ ਇਹ ਅਸਲੀ VOTING ਕਰਾਉਣਗੇ ਬੈਲਟ ਬੈਲਟ ਦੀ ਵੋਟ ਕਰਵਾਉਣਗੇ ਜਿਹੜੀ ਕਿ ਹੁੰਦੀ ਆ ਜੇ ਅੱਗੇ ਤੋਂ ਜੇ VOTING ਕਰਾਉਣੀ ਆ ਬੈਲਟ ਵੋਟ ਕਰਾ ਕੇ ਦੇਖਿਓ ਤੇ ਤੁਹਾਨੂੰ ਪਤਾ ਲੱਗੂ ਤੁਹਾਡੇ ਨਾਲ ਕਿੰਨੇ MLA ਬੱਟੇ ਵਿਕਰਮ ਮਜੀਠੀਆ ਵੀ ਕਈ ਵਾਰ ਤੁਹਾਡੇ ਤੇ ਤੰਗ ਕਰ ਜਾਂਦੇ ਨੇ ਉਹ ਵੀ ਕਹਿੰਦੇ ਨੇ ਕਿ ਤੁਹਾਡੀ BJP ਚ ਗੱਲ ਚੱਲਦੀ ਆ ਤੁਸੀਂ ਵੀ ਉਧਰ ਨਹੀਂ ਚਲੇ ਜਾਣਾ ਚਲੋ ਉਹ ਵੀ ਜੇਲ੍ਹ ਚ ਆਏ ਆ ਮਾਨਸਿਕ ਸਥਿਤੀ ਤੁਹਾਨੂੰ ਪਤਾ ਕਾਫੀ ਬੋਝ ਥੱਲੇ ਸਟ्रेस ਥੱਲੇ ਆ ਕੀ ਉਹਨਾਂ ਬਾਰੇ ਗੱਲ ਕਰਨੀ ਆ ਕਈ ਵਾਰ ਬਾਅਦ ਘਾਟ ਚ ਹੋ ਜਾਂਦੀ ਆ ਇੱਕ ਸੰਸਥਾ ਚੱਲ ਰਹੀ ਹੈ ਪੰਜਾਬ ਦੇ ਵਿੱਚ ਵਾਰਿਸ ਪੰਜਾਬ ਦੇ ਜਿਨ੍ਹਾਂ ਨੂੰ ਸੰਤ ਭਿੰਡਰਾਲਿਆਂ ਦੇ ਨਾਲ ਜੋੜਿਆ ਜਾ ਰਿਹਾ ਅਮਰਿਤਪਾਲ ਸਿੰਘ ਨੂੰ ਉਸ ਤੋਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਪੰਜਾਬ ਦੇ ਵਿੱਚ ਕਾਫੀ ਚਰਚਾ ਇਸ ਸਮੇਂ ਚੱਲ ਰਹੀ ਹੈ ਉਸ ਦੀ ਕਿੱਥੇ ਚੱਲਣਾ ਤੇ ਚੱਲ ਰਹੀ ਹੈ ਹੋਰ ਕਿੱਥੇ ਚੱਲ ਰਹੀ ਹੈ ਇਹ ਜਿੰਨਾ ਦਿਨ ਤੁਸੀਂ ਚਲਾਉਣੀ ਆ ਤੁਹਾਨੂੰ ਵੀ ਕਦੇ ਦੀ ਪਹਿਲਾ ਦੀਪ ਸਿੱਧੂ ਮਿਲ ਗਏ ਫਿਰ ਮੂਸੇਵਾਲਾ ਸਾਹਿਬ ਤੇ ਚਲਾਈ ਗਏ ਕੋਈ ਖਬਰ ਚਾਹੀਦੀ ਹੈ ਕੋਈ ਨਾ ਕੋਈ ਆਦਤ ਪੈ ਗਈ ਵੀ ਜਿਵੇਂ ਜਿਵੇਂ ਕੁਝ ਹੁੰਦਾ ਨਾ ਕੁਝ ਬੰਦੇ ਆਏ ਨੇ ਵੀ ਇੱਥੇ ਗੁਰਦਾਸ ਮਾਨ ਦਾ ਸ਼ੋਅ ਲੱਗਣਾ ਉੱਥੇ ਜਾ ਕੇ ਵੀ ਸੀਟੀ ਮਾਰ ਦੇਣੀ ਆ ਸਮਝ ਕੇ ਕਿਤੇ ਕੋਈ ਤਿਉਹਾਰ ਆ ਗਿਆ ਉੱਥੇ ਜਾ ਕੇ ਲੰਗਰ ਮੰਡਣ ਵੀ ਪਹੁੰਚ ਜਾਣਾ ਠੀਕ ਆ ਨਾ ਗੱਲ ਜੇ ਕਿਤੇ ਮਾਤਾ ਦਾ ਜਗਰਾਤਾ ਆ ਗਿਆ ਉੱਥੇ ਵੀ ਪਹੁੰਚ ਜਾਣਾ ਜੇ ਕਿਤੇ ਗਰਬਾਣੀ ਦਾ ਪ੍ਰੋਗਰਾਮ ਚੱਲ ਰਿਹਾ ਉੱਥੇ ਵੀ ਪਹੁੰਚ ਜਾਣਾ ਇਹ ਉਹ ਲੋਕ ਨੇ ਜਿਹੜੇ ਬੈਲੇ ਬੈ ਨਹੀਂ ਸਕਦੇ ਜੇ ਜੇ ਕਿਸਾਨ ਐਜੀਟੇਸ਼ਨ ਆ ਗਿਆ ਤਾਂ ਉਧਰ ਨੂੰ ਤੁਰ ਪੈਣਾ ਇਹ ਕੁਸ਼ਕ ਲੋਕ ਪਰਸੈਂਟੇਜ ਆ ਜਿਨ੍ਹਾਂ ਨੇ ਰੋਜ਼ ਮੇਲਾ ਦੇਖਣਾ ਹੁੰਦਾ ਜੇ ਉਹ ਥੀਏਟਰ ਚ ਪਿਕਚਰ ਦੇਖਣ ਚਲੇ ਜਾਂਦੇ ਤਾਂ ਪਿੱਛੇ ਸੀਟੀਆਂ ਮਾਰੀ ਜਾਂਦੇ ਹੁੰਦੇ ਆ ਉਹੋ ਜਿਹੇ ਬੰਦੇ ਨੇ ਅਮਰਿਤਪਾਲ ਹੋਣੀ ਜਾ ਇਹਨਾਂ ਦੇ ਨਾਲ ਦੇ ਇਹ ਤੋਂ ਬੰਦ ਨਾ ਤੁਸੀਂ ਸੀਰੀਅਸਲੀਆ ਕਰੋ ਉਸ ਵਾਰ ਸੰਦੀਪ ਸੰਧੂ ਹੋਰਾਂ ਤੇ ਸਟਰੀਟ ਲਾਈਟ ਘਟਾਲੇ ਦਾ ਇਲਜ਼ਾਮ ਲਗਾਇਆ ਵਿਜੀਲੈਂਸ ਨੇ ਅੱਜ ਤੁਸੀਂ ਮਮਤਾ ਜੀ ਦੀ ਗੱਲ ਕਰ ਲਓ ਇਹਨਾਂ ਦਾ ਹਸਾਬ ਫੇਰ ਕਰਾਂਗੇ ਬਹੁਤ ਤਨਵਾਜਿਤ ਐਸਨ ਸਾਡੇ ਨਾਲ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਜੀ ਨਾਲ ਆਪਾਂ ਗੱਲਬਾਤ ਕੀਤੀ ਹੈ ਤਾਂ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਧਿਆਨ ਦੂਜਿਆਂ ਤੇ ਇਲਜ਼ਾਮ ਲਗਾਉਣ ਤੇ ਆ ਨਾ ਕਿ ਪੰਜਾਬ ਦੇ ਲਾਅ ਐਂਡ ਆਰਡਰ ਤੇ ਤਾਂ ਵਧੇਰੇ ਅਪਡੇਟਸਾਂ ਜੁੜੋ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸਨਮਜੀਤ ਸਿੰਘ ਭੱਲਾ ਰੋਜ਼ਾਨਾ ਸਪੋਕਸਮੈਨ ਲੁਧਿਆਣਾ